आम आदमी पार्टी ਦੇ ਸੰਸਦ ਮੈਂਬਰ ਰਾਘਵ ਚੱਡਾ ਦੀ ਸੰਸਦ ਦੇ ਵਿੱਚ ਵਾਪਸੀ ਦੇ ਨਾਲ ਹੀ ਉਹਨਾਂ ਦੀ ਮੁਅੱਤਲੀ ਰੱਦ ਕਰ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਦੇ ਸੰਸਦ ਰਾਘਵ ਚੱਡਾ 4 ਦਸੰਬਰ ਨੂੰ ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ਪਹੁੰਚੇ ਅਤੇ ਉਹਨਾਂ ਦੀ ਮੁਅੱਤਲੀ ਨੂੰ ਰੱਦ ਕਰਨ ਦੀ ਚਰਚਾ ਹੋਈ ਹੈ। ਦੱਸ ਦਿੰਦੇ ਹਾਂ ਕਿ ਰਾਘਵ ਚੱਡਾ ਨੂੰ ਸੰਸਦ ਭਵਨ ਦੇ ਬਾਹਰ ਜਿੱਤ ਦੇ ਨਿਸ਼ਾਨ ਵੀ ਦਿਖਾਈ ਗਏ। ਹਾਲਾਂਕਿ ਸੂਤਰਾਂ ਨੇ ਦੱਸਿਆ ਹੈ ਕਿ ਰਾਘਵ ਚੱਡਾ ਦੁਆਰਾ ਰਾਜ ਸਭਾ ਤੋਂ ਮੁਅੱਤਲੀ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਦੁਆਰਾ ਰੱਦ ਕਰਨ ਦਾ ਦਾਅਵਾ ਗਲਤ ਹੈ। ਮੁਅੱਤਲ ਨੂੰ ਰੱਦ ਕਰਨ ਦੀ ਕੋਈ ਲੋੜ ਨਹੀਂ ਹੈ। ਉਹਨਾਂ ਨੂੰ ਕਮੇਟੀ ਨੇ ਦੋਸ਼ਾਂ ਅਤੇ ਸਜ਼ਾ ਦੋਵਾਂ ਲਈ ਦੋਸ਼ੀ ਠਹਿਰਾਇਆ ਹੈ। ਕਮੇਟੀ ਨੇ ਕਿਹਾ ਹੈ ਕਿ ਪਿਛਲੇ 3 ਮਹੀਨਿਆਂ ਤੋਂ ਹੁਣ ਤੱਕ ਦੀ ਉਸ ਦੀ ਮੁਅੱਤਲੀ ਕਾਫੀ ਸਜ਼ਾ ਹੈ ਅਤੇ ਨਿਆਂ ਦੇ ਅੰਤ ਨੂੰ ਪੂਰਾ ਕਰੇਗੀ, ਇਸ ਲਈ ਉਹ ਹੁਣ ਸਦਨ ਦੀ ਕਾਰਵਾਈ ਵਿੱਚ ਹਾਜ਼ਰ ਹੋ ਸਕਦੇ ਹਨ। ਸੂਤਰਾਂ ਨੇ ਅੱਗੇ ਕਿਹਾ ਹੈ ਕਿ ਇਸ ਸਹੀ ਸਥਿਤੀ ਨੂੰ ਉਜਾਗਰ ਕੀਤਾ ਜਾਵੇ। 115 ਦਿਨ ਕੇ ਨਿਲੰਬਨ ਕੇ ਬਾਅਦ ਅੱਜ ਮੇਰਾ ਨਿਲੰਬਨ ਸਮਾਪਤ ਹੋਇਆ, ਮੇਰੇ ਸਸਪੈਂਸ਼ਨ ਕੋ ਰਿਵੋਕ ਕੀਤਾ ਗਿਆ ਔਰ ਮੈਂ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਕਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਤਾ ਹੂੰ। ਸਾਥ ਹੀ ਸਾਥ ਆਨਰੇਬਲ ਚੇਅਰਮੈਨ ਰਾਜ ਸਭਾ ਕਾ ਵੀ ਧੰਨਵਾਦ ਕਰਨਾ ਚਾਹਤਾ ਹੂੰ ਕਿ ਅੰਤਤਃ ਮੇਰਾ ਨਿਲੰਬਨ ਸਮਾਪਤ ਹੋਇਆ ਔਰ ਕਰੀਬ ਕਰੀਬ 115 ਦਿਨ ਮੈਂ ਸਦਨ ਕੇ ਬਾਹਰ ਆ, ਲੋਕਾਂ ਕੀ ਹੱਕ ਕੀ ਆਵਾਜ਼, ਲੋਕਾਂ ਕੇ ਸਵਾਲ ਜੋ ਸਰਕਾਰ ਸੇ ਵੋ ਪੁੱਛਣਾ ਚਾਹਤੇ ਹੈ ਵੋ ਨਹੀਂ ਪੁੱਛ ਪਾਇਆ, ਉਨਕੇ ਅਧਿਕਾਰ ਕੀ ਲੜਾਈ ਨਹੀਂ ਲੜ ਪਾਇਆ। ਲੇਕਿਨ ਦੇਰ ਆਏ ਦੁਰੁਸਤ ਆਏ, ਅੰਤਤਃ ਸੁਪਰੀਮ ਕੋਰਟ ਕੇ ਹਸਤਕਸ਼ੇਪ ਕੇ ਬਾਅਦ ਰਾਜ ਸਭਾ ਮੇਂ ਮੇਰਾ ਨਿਲੰਬਨ ਸਮਾਪਤ ਹੁਆ ਔਰ ਨਿਆਏ ਹੁਆ ਮੇਰੇ ਸਾਥ ਔਰ ਮੈਂ ਬਸ ਦੁਆ ਯਹੀ ਕਰਤਾ ਹੂੰ ਕਿ ਜਿਤਨਾ ਪਿਆਰ, ਜਿਤਨਾ ਸਮਾਨ, ਆਸ਼ੀਰਵਾਦ, ਦੁਆਏ ਲੋਕੋ ਨੇ ਪਿਛਲੇ 115 ਦਿਨ ਮੇਂ ਦੀ ਹੈ, ਐਸੇ ਹੀ ਆਪਣੇ ਦੁਆਏ ਔਰ ਸਾਥ ਬਣਾਏ ਰੱਖੇ ਤੋ ਹਮ ਸਾਰੇ ਉਤਾਰ ਚੜਾਵ ਕਾ ਜੋ ਹਮਾਰਾ ਸਮੇਂ ਹੈ ਉਸੇ ਹੱਸਤੇ ਖੇਲਤੇ ਕਾਟ ਦੇਂਗੇ ਔਰ ਡਟ ਕੇ ਲੋਕੋ ਕੇ ਅਧਿਕਾਰੋਂ ਕੀ ਲੜਾਈ ਲੜੇਂਗੇ। ਅੱਜ 115 ਦਿਨ ਬਾਅਦ ਜਬ ਮੈਂ ਸਦਨ ਕੇ ਭੀਤਰ ਆਇਆ ਔਰ ਇੱਕ ਮਹੱਤਵਪੂਰਨ ਬਿੱਲ ਹਾਊਸ ਮੇਂ ਲਾਇਆ ਗਿਆ, ਉਸ ਪਰ ਵੀ ਅੱਜ ਮੈਂ ਜਨਤਾ ਕੀ ਔਰ ਸੇ ਆਪਣੀ ਪਾਰਟੀ ਆਮ ਆਦਮੀ ਪਾਰਟੀ ਕੀ ਔਰ ਸੇ ਬਾਤ ਰੱਖੀ, ਮਜ਼ਬੂਤੀ ਸੇ ਸਰਕਾਰ ਸੇ ਸਵਾਲ ਕਰੇ ਔਰ ਐਸੇ ਹੀ ਹਮ ਸਰਕਾਰ ਸੇ ਲਗਾਤਾਰ ਸਵਾਲ ਕਰਤੇ ਰਹੇਂਗੇ ਔਰ ਇੱਕ ਵਿਪਕਸ਼ ਮੇਂ ਜੋ ਸਾਂਸਦ ਹੋਤੇ ਹੈ ਉਨਕਾ ਯਹੀ ਰੋਲ ਹੋਤਾ ਹੈ ਔਰ ਇਸੀ ਪ੍ਰਕਾਰ ਸੇ ਆਗੇ ਵੀ ਜਨਤਾ ਕੀ ਸੇਵਾ ਮੇਂ ਲਗੇ ਰਹੇਂਗੇ। ਮੈਂ ਬਸ ਇਤਨਾ ਹੀ ਕਹਿਣਾ ਚਾਹੂੰਗਾ ਜਨਤਾ ਕੋ ਹੱਥ ਜੋੜ ਕੇ ਕਿ ਆਪਕਾ ਬੇਟਾ ਫਿਰ ਸੇ ਸਦਨ ਕੇ ਭੀਤਰ ਆ ਗਿਆ, ਆਪਕੇ ਹੱਕੋਂ ਕੀ ਅਧਿਕਾਰੋਂ ਕੀ ਲੜਾਈ ਲੜਨੇ। ਆਨਰੇਬਲ ਮੈਂਬਰਸ ਦ ਕਮੇਟੀ ਆਫਟਰ ਡੀਪ ਐਂਡ ਥੋਟਫੁਲ ਕੰਸੀਡਰੇਸ਼ਨ ਫਾਈਂਡਸ ਸ੍ਰੀ ਰਾਘਵ ਚੱਡਾ ਆਨਰੇਬਲ ਮੈਂਬਰ guilty for both the charges. Charge one, that he intentionally and deliberately presented misleading facts to the media, misinterpreted proceedings of the council, resulting in affront to the authority of the chairman Rajya Sabha, and engaged in outrageous defiance of the resolutions of the house and directives of the Honorable Chairman Rajya Sabha. And charge two, for including the names of members in proposed select committee without their consent in blatant transgression of Rule 72 of Rules of Procedure and Conduct of Business in the Council of States Rajya Sabha. As regards the sentence, the committee finds the suspension suffered by him since 11th August 2023 from the House thus far as sufficient sentence that will meet the ends of justice. The committee stands committed to upholding the sanctity of parliamentary proceedings and safeguarding the integrity of the institution. The committee expresses hope that Sri Raghav Chadha member will reflect and introspect. The committee expects Sri Raghav Chadha to uphold the expected standards of conduct and decorum befitting a member of parliament. Honorable members, Sri GVL Narasimha Rao, honorable member, to move a motion in the matter. Sir, the mic is not up, sir. Sir,
I move the following motion under proviso to rule number to rule 256(2) of the Rules of Procedure and Conduct of Business in the Council of States, Rajya Sabha, that this House resolves that Sri Raghav Chadda, member, be held guilty of breach of privileges, and the suspension suffered by him so far be taken as sufficient punishment. And the House may consider discontinuance of suspension of Sri Raghav Chadda, member, from the service of the Council from this day. Motion moved. Those in favour will please say aye. Aye. Those against will please say no. I think the ayes have it. The ayes have it. The ayes have it. The motion is adopted. Sri Raghav Chadda may attend the proceedings of the House. ਹੋਰ ਨਵੀਆਂ ਖਬਰਾਂ ਦੇਖਣ ਦੇ ਲਈ ਸਬਸਕ੍ਰਾਈਬ ਕਰੋ PBX News, the official YouTube channel.